ਹੁਣ ਸਭ ਤੋਂ ਪਹਿਲਾਂ ਤੂੰ ਜਾ ਕੇ ਆਪਦੀ ਡਰੈਸ ਬਾਏ ਕਰ ਲਈ ਯੈਸ ਫਿਰ ਦੂਜੇ ਨੰਬਰ ਤੇ ਆਪਾਂ ਗਿਫਟ ਲੈ ਲਾਂਗੇ ਯੈਸ ਤੇ ਫਿਰ ਤੀਏ ਨੰਬਰ ਤੇ ਖੁੱਲਾ ਟਾਈਮ ਹੋਊਗਾ ਆਪਾਂ ਨੂੰ ਬੇਬੀ ਦੀ ਸ਼ਾਪਿੰਗ ਕਰਨ ਲਈ ਡਨ ਡਨ ਆ ਮੈਂ ਸ਼ਾਪਿੰਗ ਕਰਨ ਨੂੰ ਰਹਿਣ ਦੂੰ ਪਿਓ ਨੂੰ ਤਾਂ ਭੁੱਲ ਜੀ ਇੰਟਰਸਟਿੰਗ ਵੀ ਆ ਪਹਿਲੀ ਵਾਰੀ ਕੱਪੜੇ ਬਾਏ ਕਰਨੇ ਅੱਜ ਆਪਣੇ ਵਲੌਗਿੰਗ ਦਾ ਇੱਕ ਫਾਇਦਾ ਹੋਊਗਾ ਜਦੋਂ ਅੱਜ ਤੋਂ ਕਿੰਨੇ ਸਾਲ ਬਾਅਦ ਆਪਣਾ ਜਵਾਕ ਦੇਖੂਗਾ ਤਾਂ ਉਹਨੂੰ ਪਤਾ ਲੱਗੂਗਾ ਵੀ ਪਹਿਲੇ ਦਿਨ ਜਦੋਂ ਮੇਰੇ ਲਈ ਕੱਪੜੇ ਲੈ ਕੇ ਆਂਦੇ ਸੀ ਐਂ ਫਿਰਦੇ ਸੀਗੇ ਸਹੀ ਬਾਤ ਹੈ ਅਸੀਂ ਬਹੁਤ ਖੁਸ਼ ਸੀ ਜੇ ਮੇਰੇ ਵਰਗੀ ਦੋ ਟੀ-ਸ਼ਰਟਾਂ ਇਕੱਠੀਆਂ ਚੱਕ ਲਵੇ ਕੋੜੇ ਕੋੜੇ ਚੱਕ ਲੱਗ ਜਾਂਦੇ ਹੁਣ ਕੋਈ ਪ੍ਰਾਈਸ ਨਹੀਂ ਕੁਝ ਹੋਰ ਹੀ ਬਸ ਚੱਕ ਲੈ स्वागतम 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 अज जिहड़ी चीज़ अपने चैनल पर होने लगी है वह अपने यूट्यूब के इतिहास सॉरी यूट्यूब के इतिहास थोड़ा यार टेक माई वर्ड्स बैक साड़ी जिंदगी जी पहली बारी होने लगी है कि असी अज पहली बारी आपदे आने वाले जवाक लिए शॉपिंग करन चले हैं मतलब कपड़े लैन चले हैं तो दूजा एक चीज़ जिहड़ी यूट्यूब के इतिहास पहली बारी होने लगी है वह ये आ कि कलू अपने फंक्शन है तो अज हले पवन ने ड्रैस बाय करनी है ते कालू हले फंक्शन है ते आज असी हले गिफ्ट बाय करना वा नहीं असी एटलीस्ट चार पांच दिन पहला ले ही लेने हैं ते बाकी हुण कहां फंक्शन होर भी है तुहानू दस्सिया ही आ उहदे बारे हुण कुछ नहीं पता तां ही अज मम्मी कहिंदे कुछ कपड़ा लीड़ा तां लै आओ भी हुण बाबे दे घर दा की पता हुंदा भी तुसीं माड़ी मोटी तां तैयारी रखो कल परसों कमेंट भी आया सीगा भी तुसीं आपदा बैग दिखाओ हॉस्पिटल बैग रेडी कर लिया असीं कुछ नहीं कीता हले सो अज सारा समान लैण वाला वा सो अज थोड़ा बहुत लवांगे घरों तुरन लगे सीगे जानू हरपिंदर दा फोन आ गया कहिंदे वीरे अपने आधार कार्ड दीआं फोटोआं भेज दे उन्हां ने आधार कार्ड वोटर कार्ड नाल लिंक करने आ तां करके सो हरपिंदर ओह भेजण लगे होए आ अज कम वध रहे टाइम थोड़ा वा सो अज तां तैयार होकर निकलण दी कीती आ समय दे नाल हौली हौली कुछ चीजा चेंज होने लग गई अगे जो जवाक होना हुंदा सीगा कोई भी चीज पहले नहीं सी लैंदे हुंदे कोई कपड़ा नहीं कोई कुछ नहीं बट अजकल जिवें अपने वैस्ट च हो रहा मतलब बाहर देशों च हो रहा उत्थे जवाक होने तो पहला ही सारी शॉपिंग कर लेंदे आ उत्थे दा वैसे पता हुंदा वा कि मुंडा होना या कुड़ी होनी तां करके उह शॉपिंग कर लेंदे आ बट आपां वी हुण इत्थे इंडिया च वी हौली हौली होई जांदा वा वी सारे जणे पहला थोड़ी बहुत शॉपिंग तां कर लेंदे आ हुण ਬਈ ਅੱਗੇ ਕਿਉਂ ਨਹੀਂ ਸੀ ਕਰਦੇ ਮੈਨੂੰ ਨਹੀਂ ਸੀ ਪਤਾ ਵੀ ਉਹ ਵਹਿਮ ਕਰਦੇ ਸੀਗੇ ਜਾਂ ਇਹ ਨਹੀਂ ਸੀ ਪਤਾ ਹੁੰਦਾ ਵੀ ਮੁੰਡਾ ਹੋਣਾ ਜਾਂ ਕੁੜੀ ਹੋਣੀ ਆ ਅਸੀਂ ਸ਼ੋਪਿੰਗ ਇਸ ਲਈ ਕਰ ਰਹੇ ਹਾਂ ਕਿਉਂਕਿ ਜਿਹੜਾ ਆਪਣਾ ਅਰਜਨ ਆ ਉਹ ਅਮਰੀਕਾ 'ਚ ਹੋਇਆ ਵਾ ਉਹਦਾ ਕੋਈ ਕੱਪੜਾ ਲੈਣਾ ਇੰਡੀਆ ਹੈ ਨੀਗਾ ਤੇ ਸਾਡੇ ਕੋਲ ਜਵਾਕ ਦੇ ਕੋਈ ਵੀ ਕੱਪੜੇ ਨਹੀਂ ਹੈਗੇ ਮੇਰੇ ਹਰਮਨ ਦੇ ਹੋਣਗੇ ਵੀ ਤਾਂ ਉਹ ਬਹੁਤੇ ਪੁਰਾਣੇ ਹੋਣਗੇ ਪਤਾ ਨਹੀਂ ਕਿੱਥੇ ਸਿੱਟੇ ਪਏ ਹੋਣੇ ਉੱਲੀ ਲੱਗੀ ਪਈ ਜਾਂ ਕੀ ਹੋਇਆ ਹੋਊਗਾ ਸੋ ਉਹ ਆਪਾਂ ਰਿਸਕ ਲੈਣ ਨੂੰ ਡਰ ਲੱਗਦਾ ਵਾ ਸੋ ਆਪਾਂ ਇੱਕ ਦੋ ਚੀਜ਼ਾਂ ਇਹੋ ਜਿਹੀਆਂ ਲਵਾਂਗੇ ਵੀ ਹੁਣ ਜੇ ਗਰਮੀਆਂ ਦਾ ਮੌਸਮ ਹੁੰਦਾ ਫਿਰ ਸ਼ਾਇਦ ਆਪਾਂ ਕੁਛ ਨਾ ਲੈਂਦੇ ਫਿਰ ਆਪਣਾ ਸਰਜਣਾ ਸੀਗਾ ਬਾਕੀ ਅਸੀਂ ਕੋਸ਼ਿਸ਼ ਤਾਂ ਕਰਾਂਗੇ ਵੀ ਇੱਕ ਦੋ ਕੱਪੜੇ ਪੁਰਾਣੇ ਲੱਭ ਕੇ ਆਪਦੇ ਧੋ ਲਈਏ ਜੇ ਉਹ ਸਹੀ ਲੱਗੇ ਪਹਿਲੇ ਦਿਨ ਉਹੀ ਪਾਵਾਂਗੇ ਮੁੜ ਕੇ ਤਾਂ ਫਿਰ ਚੱਲ ਪਾਉਣੇ ਪੈਂਦੇ ਨਹੀਂ ਉਦਨੇ ਵੀ ਮੈਂ ਲੈ ਸਕਦਾ ਵਾਂ ਜਿੱਦਾਂ ਮਤਲਬ ਜਵਾਕ ਹੋਊਗਾ ਬਟ ਉਦਨੇ ਮੈਂ ਇਕੱਲਾ ਕਿੱਧਰ ਨੂੰ ਜਾਊਂਗਾ ਹਸਪੀਟਲ ਰਹੂੰਗਾ ਜਾਂ ਕੱਪੜੇ ਖਰੀਦਣ ਜਾਊਂਗਾ ਫਿਰ ਮੈਨੂੰ ਫਿਰ ਔਖਾ ਹੋ ਜਾਂਦਾ ਮੰਮੀ ਨੇ ਕਹਿਣਾ ਹੁਣ ਮੈਂ ਕੱਪੜੇ ਸਿੱਟੇ ਨਹੀਂ ਹੋਏ ਰੱਖੇ ਹੋਏ ਮੰਮੀ ਜੀ ਹਾਂਜੀ ਮੈਨੂੰ ਪਤਾ ਰੱਖੇ ਹੋਏ ਆ ਬਟ ਜਿੱਥੇ ਵੀ ਰੱਖੇ ਹੋਏ ਆ ਉਹਨੂੰ 20-25 ਸਾਲ ਹੋ ਗਏ ਉਹ ਕੱਢੇ ਨਹੀਂ ਹੈਗੇ ਉੱਥੋਂ ਵੋਈ ਰੀਚਡ ਐਮਬੀਡੀ ਮਾਲ ਹੁਣ ਸਭ ਤੋਂ ਪਹਿਲਾਂ ਤੂੰ ਜਾ ਕੇ ਆਪਦੀ ਡਰੈਸ ਬਾਏ ਕਰ ਲਈ ਯੈਸ ਫਿਰ ਦੂਜੇ ਨੰਬਰ ਤੇ ਆਪਾਂ ਗਿਫਟ ਲੈ ਲਾਂਗੇ ਯੈਸ ਤੇ ਫਿਰ ਤੀਏ ਨੰਬਰ ਤੇ ਖੁੱਲਾ ਟਾਈਮ ਹੋਊਗਾ ਆਪਾਂ ਨੂੰ ਬੇਬੀ ਦੀ ਸ਼ਾਪਿੰਗ ਕਰਨ ਲਈ ਡਨ ਡਨ ਆ ਮੈਂ ਸ਼ਾਪਿੰਗ ਕਰਨ ਨੂੰ ਰਹਿਣ ਦੂੰ ਪਿਓ ਨੂੰ ਤਾਂ ਭੁੱਲ ਜੀ ਹਾਂ ਤੁਸੀਂ ਵੀ ਲੈ ਲਓ ਯਾਰ ਇੱਕ ਅੱਧੀ ਚੀਜ਼ ਡਨ ਹੈਗਾ ਡਨ ਮਜ਼ਾਕ ਕਰਦਾ ਵੀ ਜਿਵੇਂ ਘਰੋਂ ਸਲਾਹ ਹੋਈ ਸੀ ਮੈਂ ਉੱਥੇ ਆ ਕੇ ਡਨ ਕਰਤਾ ਹੁਣ ਮੈਨੂੰ ਨਹੀਂ ਪਤਾ ਸੀ ਵੀ ਤੁਸੀਂ ਵੀ ਕੁਝ ਲੈਣਾ ਵਾ ਅੱਜ ਮਾਲ 'ਚ ਕਾਫੀ ਕਰਾਊਡ ਆ ਮਿਲਾ ਸੈਟਰਡੇ ਆ ਸੈਟਰਡੇ ਤਾਂ ਹੀ ਸਾਨੂੰ ਪਾਰਕਿੰਗ ਵੀ ਲੋਅਰ ਬੇਸਮੈਂਟ 'ਚ ਮਿਲੀ ਅੱਜ ਪਹਿਲੇ ਪੜਾਅ ਤੇ ਬਹੁਤ ਟਾਈਮ ਲੱਗੀ ਜਾਂਦਾ ਟਾਈਮ ਪਤਾ ਕਿਉਂ ਲੱਗ ਰਿਹਾ ਵਾ ਅੱਜ ਮੇਰੇ ਨਾਲ ਉਹ ਹਾਲ ਹੋਇਆ ਹੋਇਆ ਜਿਵੇਂ ਆਪਾਂ ਸਕੂਲ ਕਾਲਜ ਵਿੱਚ ਪੇਪਰਾਂ ਵਿੱਚ ਆਪਾਂ ਨੂੰ ਆਊਟ ਆਫ ਸਿਲੇਬਸ ਕੋਈ ਕੁਐਸਚਨ ਆ ਜਾਂਦਾ ਆਪਾਂ ਬੈਠੇ ਸੋਚਦੇ ਹੁੰਦੇ ਆ ਵੀ ਇਹਨੂੰ ਛੱਡ ਜੀਏ ਜਾਂ ਅੱਗੇ ਕੋਲੇ ਕੁਝ ਲੈ ਕੇ ਜੀਏ ਸੋ ਅੱਜ ਮੇਰੇ ਨਾਲ ਉਹ ਹੋ ਰਿਹਾ ਵਾ ਵੀ ਮੈਂ ਬੈਸਟ ਡਰੈਸ ਲੈ ਜਾਵਾਂ ਕਿ ਉਹਨੂੰ ਛੱਡ ਜਾਵਾਂ ਕੀ ਕਰਾਂ ਕੋ ਸਮਝ ਨਹੀਂ ਆ ਰਹੀ ਹੈਗੀ ਮੈਨੂੰ ਮੈਂ ਤਾਂ ਲਾ ਛੱਡ ਕੇ ਜਾਏਗੀ ਥੋੜੇ ਲੱਛਣ ਕਿਤੋਂ ਨਹੀਂ ਮਿਲ ਰਹੀ ਇਹ ਤਾਂ ਤੁਰਦੇ ਤੁਰਦੇ ਹੀ ਥੱਕ ਗਏ ਆ ਲਾਸਟ ਟਾਈਮ ਜਦੋਂ ਆਏ ਸੀ ਖਾਲੀ ਪਿਆ ਅੱਜ ਬਾਰੀ ਨਹੀਂ ਆਉਂਦੀ ਹੈਗੀ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਪਈਆਂ ਨੇ ਅੱਜ ਵੀ
फाइनली क्वेश्चन का आंसर मैं लिख ही दिता, हूँ मैं पास होऊंगी या फेल होऊंगी तो कल ही पता लगूगा। पास हाँ टाइम 4:50 हो गए, हले तक सिर्फ ड्रेस ली है। मैनू तो आए सीगा भी जवाक के कपड़े में टाइम लगेगा, बट यही नहीं पता भी जवाक की माँ के कपड़े में टाइम लगेगा। हम कुछ खा लिए, मैं सब खान लगे वहाँ तो पवन अपना नूडल्स एंड मंचूरियन। मैडम ने तो नगदी की क्या, डॉक्टर साहब ने, डॉक्टर साहब कहते थोड़ा पिछले महीने नालों आ महीने 2 किलो भार बढ़ गया, भी इन्नी छेती बधाउन लगे हो, मक्खन थोड़ा जिहा घट खाया करो। तारी जो घर हुंदा वा उदों दा जज्बातां ते कंट्रोल कर लैंदा, बट जो तारी बाहर आउंदा ना उदों तारे जज्बात तैश नैश हो जांदे। हुण मेरे सामने ना पवन आ खाण लग्गिया नूडल्स ते मंचूरियन। तारी नूं इक आवाज आउंदी आ चक दे मना, दूई आवाज आउंदी आ रहण दे मना, ते फिर मैं ना साबे दे नाल साबे यार फिका फिका मैंने इन्ना सुद नहीं लगता, मैं खा लेना, मैं ना ना चिप्स जो खाई जाना दो भी चल माड़ा जहा हो करारा जहा कुछ खा लिया। तारी यार बड़ा कसूता फसया हो। हुण आ गई दूजे पड़ा की बारी, ये आप लगते ना गिफ्ट। ये तो सानू ना हमेशा उदो सब तो औखा काम लगता, असं जो ना किसी लिए गिफ्ट लें सू हमेशा ये होंगे भी अगले बंदे तो ना वरत्या जाए, वो सोचण सोचण तो ना हम फिर देखियो आउट ऑफ सिलेबस क्वेश्चन फिर आ गया ये सानू कदे कदे आता होंगे। टाइम 6 बजने वाले हो गए, नाले ना असीं घरों पूरा माइंड बना के आए सी जे आप आ गिफ्ट लैना या आप आ गिफ्ट लैना, फिर भी असीं पूरा घंटा लाता ते गिफ्ट आपां ले लिया, ते इहदे विच हुण की आ चलो छड्डो। वैसे मैं कह दिया जला भी लिया भी की कहते ना बंदा समय रोक सकता। सही बात है, ਆਪਾਂ ਦੇਖ ਲੋ ਜੀ ਫਿਰ ਆਪਾਂ ਸੋਚ ਕੇ ਆਏ ਸੀ ਵੀ ਆਪਾਂ ਆਹ ਚੀਜ਼ ਲੈਣੀ ਆ, ਬਟ ਉਹ ਜਿੱਥੇ ਆਪਾਂ ਨੂੰ ਇੰਨੀਆਂ ਆਪਸ਼ਨਾਂ ਮਿਲ ਜਾਂਦੀਆਂ ਨੇ ਉਹਦੇ ਵਿੱਚੋਂ ਚੂਜ਼ ਕਰਨਾ ਵੀ ਕਿੰਨਾ ਔਖਾ ਹੋ ਜਾਂਦਾ ਹੈ ਨਾ। ਬਾਕੀ ਆਪਾਂ ਨੂੰ ਨਾ ਇਹ ਹੁੰਦਾ ਨਾ ਬੰਦੇ ਨੇ ਉਦੋਂ ਆਪ ਲਈ ਲੈਣਾ ਹੁੰਦਾ, ਉਦੋਂ ਬੰਦੇ ਨੂੰ ਜੇ ਪਸੰਦ ਆਈ ਜੀ ਚੱਕ ਲੈਂਦਾ, ਦੂਜੀ ਵਾਰੀ ਫਿਰ ਹੁੰਦਾ ਯਾਰ ਸੋਚਣਾ ਪੈਂਦਾ ਵੀ ਉਹਦੇ ਆ ਕਿਵੇਂ ਜਾਊਗਾ ਕਿਵੇਂ ਠੀਕ ਲੱਗੂ। ਅੱਜ ਪਾਰਕਿੰਗ ਇੰਨੀ ਫੁੱਲ ਹੋਈ ਪਈ ਹੈ ਨਾ, ਗੱਡੀਆਂ ਬਾਹਰ ਲਵਾਉਣੀਆਂ ਪਈਆਂ ਇਹਨਾਂ ਨੂੰ। ਸਹੀ ਬਾਤ ਹੈ, ਬੜਾ ਜ਼ਿਆਦਾ ਘੱਟ ਸੀਗਾ, ਬਹੁਤ ਜ਼ਿਆਦਾ ਰਸ਼ ਆ। ਅਸੀਂ ਤਾਂ ਹੀ ਨਾ ਮਾਲ ਦੇ ਅੰਦਰ ਵੀਡੀਓ ਬਹੁਤ ਘੱਟ ਬਣਾਈ ਆ, ਕਿਉਂਕਿ ਬਹੁਤ ਲੋਕ ਸੀਗੇ ਅਸੀਂ ਮਤਲਬ ਉਹੀ ਤੁਹਾਨੂੰ ਦੱਸਿਆ ਨਾ ਆਪਾਂ ਇਹੋ ਐਂਗਲ ਯੂਜ਼ ਕਰੀਏ ਬਾਹਲੇ ਜਣੇ ਨਾ ਆਉਣ, ਕਈ ਵਾਰੀ ਆ ਵੀ ਜਾਂਦੇ ਫਿਰ ਭਾਈ ਉਹ ਪਿਕਚਰ ਬਲਰ ਤੇ ਕਰਨ ਦੀ ਮੈਂ ਕੋਸ਼ਿਸ਼ ਤਾਂ ਕਰਦਾ ਹਾਂ ਨਾ, ਬਾਕੀ ਚਲੋ ਕੋਈ ਨਹੀਂ ਨਿੱਕਾ ਮੋਟਾ ਕੀ ਹੁੰਦਾ, ਇੰਨੇ ਮਾੜੇ ਬੰਦੇ ਵੀ ਨਹੀਂ ਅਸੀਂ ਜੇ ਮਾੜਾ ਮੋਟਾ ਆ ਜਾਓਗੇ। ਗੱਲ ਤਾਂ ਸਹੀ ਆ। ਇਹ ਗਿਫਟ ਅੱਜ ਅਸੀਂ ਤਾਂ ਲੈ ਲਿਆ ਕਿਉਂਕਿ ਮੈਨੂੰ ਨਹੀਂ ਪਤਾ ਮੈਂ ਵਿਆਹ ਤੇ ਜਾ ਪਾਉਂਗੀ ਜਾਂ ਨਹੀਂ ਜਾ ਪਾਉਂਗੀ, ਜੇ ਆਪਾਂ ਚਲੇ ਗਏ ਤਾਂ ਵੀ ਵਧੀਆ ਵਾ, ਜੇ ਨਾ ਗਏ ਫਿਰ ਤਾਂ ਵਧੀਆ ਵਾ, ਤੇ ਹੁਣ ਆਪਣਾ ਇਧਰੋਂ ਕੰਮ ਨਿਬੜ ਗਿਆ, ਮਤਲਬ ਦੋ ਪੜਾ ਪਾਰ ਹੋ ਗਏ ਨਾ, ਬਚਲੇ ਤੀਜੇ ਪੜਾ ਵੱਲ ਜਿਹੜਾ ਕਿ ਅੱਜ ਦਾ ਮੋਸਟ ਇੰਟਰਸਟਿੰਗ ਤੇ ਇੰਪੋਰਟੈਂਟ। ਹੁਣ ਆਪਾਂ ਚੱਲਿਆ ਗ੍ਰੈਂਡ ਇੰਟਰਸਟਿੰਗ ਵੀ ਆ, ਪਹਿਲੀ ਵਾਰੀ ਕੱਪੜੇ ਪਾਏ ਕਰਨੇ, ਪਤਾ ਨਹੀਂ ਕਿਵੇਂ ਕਿਵੇਂ ਲਵਾਂਗੇ ਹੈਪੀ ਤੇ ਆਪਾਂ ਲੈਣੇ ਵੀ ਨਹੀਂ ਹੋਣੇ, ਆਪਾਂ ਤਾਂ ਲਿੱਤੇ ਵੀ। ਅੱਜ ਆਪਣੀ ਵਲੌਗਿੰਗ, ਅੱਜ ਆਪਣੇ ਵਲੌਗਿੰਗ ਦਾ ਇੱਕ ਫਾਇਦਾ ਹੋਊਗਾ, ਜਦੋਂ ਅੱਜ ਤੋਂ ਕਿੰਨੇ ਸਾਲ ਬਾਅਦ ਆਪਣਾ ਜਵਾਕ ਦੇਖੂਗਾ ਤਾਂ ਉਹਨੂੰ ਪਤਾ ਲੱਗੂਗਾ ਵੀ ਪਹਿਲੇ ਦਿਨ ਜਦੋਂ ਮੇਰੇ ਲਈ ਕੱਪੜੇ ਲੈ ਕੇ ਆਉਂਦੇ ਸੀ ਐਂ ਫਿਰਦੇ ਸੀਗੇ। ਸਹੀ ਬਾਤ ਹੈ, ਅਸੀਂ ਬਹੁਤ ਖੁਸ਼ ਸੀ, ਮਤਲਬ ਇੱਕ ਹੁੰਦਾ ਯਾਰ ਹਾਂ ਨਹੀਂ ਜਵਾਕ ਨੂੰ ਵੀ ਪਤਾ ਲੱਗੂ ਵੀ ਮੇਰੇ ਮਾਂ ਪਿਓ ਕਿੰਨੇ ਖੁਸ਼ ਸੀ ਕਿ ਜਿਹਦੇ ਪਹਿਲੇ ਮੇਰੇ ਕੱਪੜੇ ਲੈ ਕੇ ਆਏ ਨੇ ਮੇਰੇ ਲਈ ਜਾ ਕੇ, ਤੇ ਫਿਰ ਤੇਰੇ ਬੜਾ ਕਹਿੰਦਾ ਫੈਂਟਾ ਚੜਾ ਕਰਾਂਗੇ, ਫਿਰ ਉਹਨੂੰ ਜਿਹੜੇ ਵੀਡੀਓ ਦਿਖਾਇਆ ਕਰਕੇ ਨਾ ਜਦੋਂ ਫੈਂਟਾ ਚੜਿਆ ਕਰਾਂਗੇ, ਆਹ ਦੇਖ ਲੈ ਅਸੀਂ ਇੱਦਾਂ ਕਰਦੇ ਸੀ ਤੂੰ ਐ ਕਰਦੇ ਸੀ। ਆਪਾਂ ਨਹੀਂ ਹੈਗਾ ਅੱਜ ਦੇ ਜਵਾਕਾਂ ਨੂੰ ਰੱਖਣਾ ਨੂੰ, ਆਪਾਂ ਨੂੰ ਰੱਖਣਾ ਵਾ ਜਿਵੇਂ ਆਪਣੇ ਡੈਡੀ ਨੇ ਆਪਾਂ ਨੂੰ ਰੱਖਿਆ ਸੀ। ਅੱਜ ਸਵੇਰੇ ਪਿੰਦਰ ਕਹਿੰਦੇ ਮੈਨੂੰ ਕਹਿੰਦੇ ਜਿਹੜੀ ਚੀਜ਼ ਮੰਗਿਆ ਕਰੂੰ ਮੈਂ ਤਾਂ ਉਹੀ ਲੈ ਕੇ ਦਿਆ ਕਰੂੰ, ਮੈਂ ਕਿਹਾ ਇਹ ਵੀ ਨਹੀਂ ਵੀ ਜਿਹੜੀ ਚੀਜ਼ ਤੇ ਉਹੀ ਹਰ ਇੱਕ ਤੇ ਹੱਥ ਧਰ ਲਿਆ ਕਰੂੰ ਉਹਨੂੰ ਉਹੀ ਮਿਲਿਆ ਕਰੂਗੀ, ਕੋਈ ਨਾ ਕੋਈ ਉਹਨੂੰ ਲਾਲਚ ਦੇਣਾ ਪਿਆ ਕਰੂਗਾ ਕਿ ਆਹ ਕਰ ਫਿਰ ਉਹ ਤੈਨੂੰ ਮਿਲੂਗਾ। ਕਹਿਣਾ ਤਾਂ ਮੈਂ ਬਹੁਤ ਕੁਛ ਹਾਂ, ਕਹਿਣਾ ਤਾਂ ਮੈਂ ਤੈਨੂੰ ਵੀ ਹਰ ਚੀਜ਼ ਲੈ ਕੇ ਦੂੰ ਲੈ ਕੇ ਦਿੰਦਾ, ਉਹ ਤਾਂ ਮੈਨੂੰ ਪਤਾ ਤਾਂ ਹੀ ਤਾਂ ਮੈਂ ਕਿਹਾ ਵਾ।
मैं पता फिर इंग्लैंड तो आया आप कट गलत मोड़ दे मोड़ना भी नहीं चलो चलिए हम आप ग्रैंड वॉक छोटी बहुत मिलनी चलो देख दे फिर जाके पता लगूगा चलो हो गया काम नूडल खा के ढिड भरिया नहीं सी सौंफ खाई जानी नहीं असि साल च एक अद्धी बारी आने आ मॉल च अज हफ्ते च दूजी बारी आ गए सुनिया सीगा भी इत्थे H&M दे जवाकां दे कपड़े सोहने मिल जांदे आ तां इधर नूं आए वधिया होंदे मूहरे देख के असी जवाकों के कपड़े लैन आ गए वाइट रंग में मैं मना करी जाना येलो सामने आया पवन कह दी नहीं लैना मम्मी ने घरों कह के तुरया सी भी पिंक नहीं लैना ब्लू नहीं लैना रंग बचिया ग्रे ते रेड हुण पिंक ते ब्लू दा आपां नूं पता नहीं हैगा भी मुंडा कि कुड़ी जे मेरे अर्गी दो टी शर्ट कट्ठिया चक लवे कौड़े कौड़े चक लग जांदे हुण दस्सो यार पहली बार लैन लगे हां हुण कोई प्राइस नहीं कुछ हो रही बस चक ले अज दे अपने तिन्ने पड़ा पार हो गए हुण आपां चलिए घर नूं थकावट जी हो गई ना हुण तां सब तो बड़ा टाइम लग्या वा पवन दी ड्रेस नूं ते सब तो घट टाइम लग्या वा जवाक दे कपड़िया नूं अज आ मॉल वाले ने सानू पछाण लिया सी भी यूट्यूब ते वीडियो बनाने आ साडी गड्डी पता कित्थे पार्क कराई है कमिश्नर ऑफ इनकम टैक्स वाले दफ्तर च नहीं पार्किंग च बाकी नहीं सारियां अपनियां गड्डियां उधर खड़दियां ने पर अपनी इधर खड़ी है अज मजाक करदा हुण सारे काम करन वाले घरे चले गए नहीं डे टाइम लगदा इधर सिर्फ अरसा दी गड्डियां खड़दियां ने छोटे जवाकां दे कपड़े च ऑप्शन बहुत घट सीगियां बस दो ही रोवां सीगियां ओहदे विचों ही सारे लिते आ ते बाकी वधिया गल हो गई तू अज मेरे नाल ही सी जो दिन मैं लैन आउंदा तू कहना सी तू लब्बे नहीं तू तां जान के लग आया ए तां है जो जवाक जानी चार पांच महीने दा हो जांदा दो तीन महीने बाद ही हां फिर ओ ऑप्शन ओदे च वधिया आ जांदियां ने क्योंकि ए तां पता ही हुंदा बेचारे ने कपड़े च ही रहना मैं कहना किसे नूं दिखा पाउणे ओने ओदे कपड़े सो तां करके आपां थोड़े जे लिते आ बाकी फिर बाद च ले जावांगे हुण जिहड़े होणगे बाकी हां बाकी बहुत ही टायरिंग दिन सीगा पर एक गल वधिया हो गई कि सारे काम हो गए बस जवाक दे पापे दे कपड़े रह गए बाकी कोई बहुता मेजर रोल नहीं हैगा ते जड़ा मतलब गाह आपां जागो ते व्याह लई कपड़े चाहिए आ ओह मेरा हले ध्यान पवन आ लिया मैनू भी नहीं पता कि मैं ਕਿਵੇਂ ਜਾਣਾ ਮੇਰੇ ਕੋਲ ਤਿਆਰ ਹੋ ਕੇ ਜਾਣ ਦਾ ਟਾਈਮ ਹੋਊ ਜਾਂ ਨਹੀਂ ਹੋਊ ਸੋ ਧਿਆਨ ਸਾਰਾ ਇੱਧਰ ਹੀ ਆ ਮੈਂ ਹੁਣ ਅੱਜ ਅਸੀਂ ਜਵਾਕ ਦੇ ਕੱਪੜੇ ਲਈ ਤੇ ਨੇ ਪਰ ਨਾਲ ਟੈਨਸ਼ਨ ਵੀ ਓਨੀ ਹੋਈ ਆ ਪਤਾ ਨਹੀਂ
ਕਹਿੰਦੇ ਮੈਂ ਇੱਕ ਗੱਲ ਆ, ਪਵਨ ਮੇਰੇ ਨਾਲ ਦਲੇਰ ਹੈ, ਕੰਮ 'ਚ ਮੰਮੀ ਦਲੇਰ ਆ, ਮੈਂ ਤੇ ਡੈਡੀ ਦੋਨੀ ਸਾਡਿਆਂ ਦਾ ਹਿਸਾਬ, ਡੈਡੀ ਮੈਨੂੰ ਡੈਡੀ ਵੇਖ ਕੇ ਨਵੀਂ ਉਹ ਘਰੇ ਬੈਠੇ ਰਹੋ, ਘਰੇ ਘਰੇ ਬੈਠੇ ਰਹੋ, ਮੰਮੀ ਤੇ ਪਵਨ ਦੋਨੀ ਦਲੇਰ ਨੇ, ਮੈਂ ਤੇ ਡੈਡੀ ਦੋਨੀ। ਉਹ ਨਾ ਨਾ ਅੱਜ ਜੇ ਮੇਰਾ ਜੀ ਨਹੀਂ ਸੀ ਪਹਿਲਾਂ ਜਾਣ ਦਾ, ਮੈਂ ਪਵਨ ਨੂੰ ਕਿਹਾ ਸੀ, ਮੈਂ ਪਵਨ ਤੈਨੂੰ ਮੈਂ ਡਰੈਸ ਲਿਆ ਦੇਣਾ ਜਾ ਕੇ, ਬਟ ਕਹਿੰਦੀ ਫਿਰ ਤਾਂ ਆ ਗਈ ਵੀ ਮੈਂ ਕੱਪੜੇ ਮੈਂ ਆਪਣੇ ਤੈਨੂੰ ਵੀਡੀਓ ਕਾਲ ਲਾ ਲੂੰਗਾ। ਮੈਂ ਪੂਰਾ ਧਿਆਨ ਨਾਲ ਹੌਲੀ ਗੱਡੀ ਚਲਾ ਕੇ ਲੈ ਕੇ ਆਉਣਾ ਅੱਜ ਕੱਲ, ਹੁਣ ਤਾਂ ਮੈਨੂੰ ਸੱਚੀ ਹੱਥ ਪੈ ਗਏ, ਮੈਨੂੰ ਨਾ ਪਿੱਛੇ ਲੋਕ ਗਾਲਾਂ ਬਹੁਤ ਕੱਢਦੇ ਹੋਣੇ, ਬਹੁਤ ਹਾਰਨ ਮਾਰਦੇ, ਮੈਂ ਦੱਸ ਕੀ ਕਰਾਂ, ਟੋਏ ਇੰਨੇ ਆ ਯਾਰ, ਜਿੱਥੇ ਟੋਏ ਸਲੋ ਕਰਨੇ ਪੈਂਦੇ ਆ। ਬਾਕੀ ਚਲੋ ਹੁਣ ਆਪਾਂ ਕੱਪੜੇ ਚੇਂਜ ਕਰਦੇ ਆ, ਫਿਰ ਤੁਹਾਨੂੰ ਥੋੜੀ ਸ਼ੋਪਿੰਗ ਦਿਖਾਉਂਦੇ ਆ। ਮੈਂ ਪਵਨ ਨੂੰ ਇੱਕ ਬੂਟ ਲੈ ਕੇ ਦਿੱਤੇ ਆ, ਬੜੀ ਘੈਂਟ, ਮੈਂ ਗਿਫਟ ਕੀਤੇ ਆ, ਗਿਫਟ ਕੀਤੇ ਦੇਖਿਆ ਦੁਕਾਨ ਚ ਬੂਟ ਆਏ ਹੁੰਦੇ ਨਾ, ਡਰੈਸ ਤਾਂ ਬੰਦੇ ਮੈਂ ਸਵੇਰੇ ਦਿਖਾਉਂਗੀ, ਫਿਰ ਮੈਂ ਬੂਟ ਦਿਖਾ ਦਿੰਦਾ। ਮੈਨੂੰ ਨਾ ਪਹਿਲੀ ਨਜ਼ਰ ਦੇਖਦੀ ਆ ਬੂਟਾਂ ਨਾਲ ਪਿਆਰ ਹੋ ਗਿਆ ਜੀ। ਯੈਸ, ਬੜੇ ਕੂਲ ਜੇ ਨੇ। ਹਾਂ, ਹੈ ਤਾਂ ਸਕੈਚਰ ਦੇ ਆ, ਬਟ ਇੱਕ ਬੋਬਸ ਕੰਪਨੀ ਆ। ਮੈਂ ਪੁੱਛਿਆ ਵੀ ਕੀ ਚੱਕਰ ਆ, ਇਹ ਨਾ ਅਮੈਰੀਕਾ ਦੀ ਕੰਪਨੀ ਆ, ਇਹ ਮਤਲਬ ਜਿਹੜੇ ਬੂਟਾਂ ਤੋਂ ਕਮਾਈ ਹੁੰਦੀ ਆ ਉਹ ਅਮੈਰੀਕਾ ਚ ਜਿੰਨੇ ਵੀ ਮਤਲਬ ਅਵਾਰਾ ਡੋਗਸ ਨੇ ਉਹਨਾਂ ਦੇ ਭਲਾਈ ਲਈ ਵਰਤੇ ਜਾਂਦੇ ਆ ਪੈਸੇ। ਫਿਰ ਮੈਂ ਕਿਹਾ ਯਾਰ ਨਾਲ ਇੱਕ ਭਲਾਈ ਦਾ ਕੰਮ ਵੀ ਹੁੰਦਾ ਵਾ, ਨਾਲੇ ਸ਼ੂ ਵੀ ਸੋਹਣੇ। ਜੇ ਨਾ ਵਧੀਆ ਲੱਗੇ ਨਾ ਮੈਂ ਤੁਹਾਡੇ ਨਾਲ ਲੜ ਪੈਣਾ ਵਾ। ਪਵਨ ਨਾ ਮਾਲ ਚ, ਪਵਨ ਦਾ ਕਹਿੰਦਾ ਫੇਵਰੇਟ ਪਿੰਡ ਹੈ ਲਗਾ, ਕਹਿੰਦੇ ਨਾ ਮਾਲ ਵਾਲਿਆਂ ਦਾ ਉਹ ਕੰਮ ਆ ਸ਼ੋਪਿੰਗ ਕਰਦੇ ਆ, ਉਦਨੇ ਅਸੀਂ ਵੀਡੀਓ ਬਣਾਉਂਦੇ ਤਾਂ ਕਰਕੇ ਲੱਗਦਾ ਵੀ ਅਸੀਂ ਸ਼ੋਪਿੰਗ ਬਹੁਤ ਹੀ ਕਰਦੇ ਆ। ਵੈਸੇ ਜੇ ਦੇਖਿਆ ਜਾਵੇ ਪਿਛਲੇ ਕਿੰਨੇ ਮਹੀਨਿਆਂ ਤੋਂ ਮੈਨੂੰ ਲੱਗਦਾ ਮੈਂ ਤਾਂ ਕੁਛ ਨੀ ਲਿਆ ਹੋਣਾ, ਜੇ ਲਿਆ ਹੋਊਗਾ ਤੁਰੇ ਜਾਂਦੇ ਨੇ, ਇੱਕ ਅੱਧੀ ਸ਼ਰਟ ਟੀ ਸ਼ਰਟ ਲੈ ਲਈ ਹੋਊਗੀ। ਤੇ ਪਵਨ ਦਾ ਦੇਖਿਆ ਜਾਵੇ ਪਿਛਲੇ ਆਹ ਕਿੰਨੇ ਮਹੀਨਿਆਂ ਤੋਂ, ਮੈਨੂੰ ਲੱਗਦਾ ਜਦੋਂ ਦੀਵਾਲੀ ਸੀਗੀ ਉਦੋਂ ਇੱਕ ਦੋ ਸੂਟ ਲਏ ਸੀਗੇ, ਉਹਨੇ ਤਾਂ ਉਦੋਂ ਵੀ ਸੂਟ ਨਹੀਂ ਬਣਵਾਇਆ ਕਿ ਜਿਵੇਂ ਹੁਣ ਜਦੋਂ ਪ੍ਰੈਗਨੈਂਸੀ ਆਉਂਦੀ ਆ ਤਾਂ ਬੰਦੇ ਦਾ ਵੇਟ ਵੱਧਦਾ ਵਾ, ਤਾਂ ਉਹਨੇ ਮੇਰੀਆਂ ਟੀ ਸ਼ਰਟਾਂ ਪਾ ਪਾ ਕੇ ਸਾਰ ਲਿਆ ਸੀਗਾ। ਅਤੇ ਉਹ ਲੱਗਦਾ ਇੱਦਾਂ ਹੁੰਦਾ ਜਿੱਦਾਂ ਜਿਵੇਂ ਅਸੀਂ ਬਹੁਤੀ ਸ਼ੋਪਿੰਗ ਕਰਦੇ ਹੁੰਦੇ ਹਾਂ, ਵੈਸੇ ਇੰਨੀ ਵੀ ਨਹੀਂ ਕਰਦੇ, ਜਦੋਂ ਕੋਈ ਲੋੜ ਹੁੰਦੀ ਆ ਸਪੈਸ਼ਲੀ ਜਾਂ ਕੋਈ ਵਿਆਹ ਸ਼ਾਦੀ ਹੋਵੇ ਉਦੋਂ ਆਪਾਂ ਕਰੀਦੀ ਆ, ਜੇ ਇਹਦੇ ਘੁੰਮਣ ਜਾਂਦੇ ਹਾਂ ਉਦੋਂ ਵੀ ਆਪਾਂ ਕਰੀਦੀ ਆ, ਕਿਉਂਕਿ ਯਾਰ ਦੇਖੋ ਬੰਦਾ ਕਮਾਉਂਦਾ ਕਿਉਂ ਆ, ਵਧੀਆ ਖਾਣ ਨੂੰ, ਵਧੀਆ ਰਹਿਣ ਨੂੰ ਅਤੇ ਵਧੀਆ ਪਾਉਣ ਨੂੰ। ਸੋ ਆਪਾਂ ਹੁਣ ਇਸੇ ਨੋਟ ਨਾਲ ਇੱਥੇ ਕਰਦੇ ਹਾਂ ਵੀਡੀਓ ਐਂਡ। ਜੇ ਵੀਡੀਓ ਵਧੀਆ ਲੱਗੀ ਹੋਈ ਕਿਸੇ ਵੀ ਰੀਜ਼ਨ ਕਰਕੇ, ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ, ਅਤੇ ਦੁਆ ਕਰਿਓ ਕਿ ਸਾਰਾ ਕੁਛ ਠੀਕ ਠਾਕ ਹੋ ਜਾਵੇ। ਅਤੇ ਬਾਕੀ ਅੱਜ ਦਾ ਨਾ ਮੈਂ ਵਲੋਗ ਸ਼ੁਰੂ ਕਰ ਲਿਆ, ਅਤੇ ਆਹ ਵਾਲਾ ਹਾਲੇ ਤੱਕ ਐਂਡ ਨਹੀਂ ਸੀ ਕਰਿਆ। ਹੁਣ ਤੁਸੀਂ ਤਾਂ ਇਹ ਦੇਖਿਓ ਮੇਰੇ ਪਹਿਲਾਂ ਵਲੋਗ 'ਚ ਦਾੜੀ ਵੱਡੀ ਸੀ, ਹੁਣ ਦਾੜੀ ਛੋਟੀ ਹੋ ਗਈ, ਉਹ ਤੁਹਾਨੂੰ ਹੁਣ ਗਾਹਾਂ ਵਾਲੇ ਵਲੋਗ 'ਚ ਦੇਖਾਂਗੇ। ਬਸ ਅਸੀਂ ਹੁਣ ਰੈਡੀ ਹੋ ਕੇ ਨਿਕਲਣ ਲੱਗੇ ਹਾਂ, ਬਸ ਆਹ ਵਲੋਗ ਐਡਿਟ ਕਰਕੇ, ਅਤੇ ਅਸੀਂ ਫਿਰ ਰੈਡੀ ਹੋ ਕੇ ਜਾਣਾ ਫੰਕਸ਼ਨ 'ਤੇ, ਅਤੇ ਫਿਰ ਤੁਹਾਨੂੰ ਕੱਲ੍ਹ ਵਾਲੇ ਵਲੋਗ 'ਚ ਦੇਖਣ ਨੂੰ ਮਿਲੇਗਾ। ਚੰਗਾ ਜੀ, ਬਾਏ ਬਾਏ।